ਵਾਰਾਂ ਪਾਈ ਗੁਰਦਾਸ ਜੀ ਵਾਰ 28 ਪੌੜੀ 14ਵੀਂ ਪਾਣੀ ਅੰਦਰ ਧਰਤ ਹੈ ਧਰਤੀ ਅੰਦਰ ਪਾਣੀ ਵਸੈ ਧਰਤੀ ਰੰਗ ਨਾ ਰੰਗ ਸਭ ਧਰਤੀ ਸਾਉ ਨਾ ਸਭ ਰਸ ਰਸੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਣੀ ਅੰਦਰ ਧਰਤ ਹੈ ਧਰਤੀ ਅੰਦਰ ਪਾਣੀ ਵਸੈ ਹੁਣ ਕਹਿੰਦੇ ਦੇਖੋ ਫੇਰ ਪਾਣੀ ਦੇ ਧਰਤੀ ਦੀ ਗੱਲ ਆਉਂਦੀ ਹੈ ਓਕੇ ਜਿਵੇਂ ਪਿਛਲੀ ਪੌੜੀ ਚ ਸੀ ਕਹਿੰਦੇ ਪਾਣੀ ਅੰਦਰ ਧਰਤ ਹੈ ਹੁਣ ਧਰਤੀ ਕਿਤੇ ਖੜੀ ਆ ਪਾਣੀ ਚ ਖੜੀ ਆ ਆਲ ਆਵਰਸ ਨੋ ओके ਪਹਿਲਾਂ ਤਾਂ ਪਾਣੀ ਦੇ ਧਰਤੀ ਦੇ ਅੰਦਰ ਵੀ ਪਾਣੀ ਆ ਨਾ ਸੋਕੇ ਸੋ ਜਿਹੜੀ ਧਰਤੀ ਸਾਰੀ ਪਾਣੀ ਦੇ ਉੱਤੇ ਖੜੀ ਹੈ ਕਹਿੰਦੇ ਫਿਰ ਧਰਤੀ ਅੰਦਰ ਪਾਣੀ ਵਸਿਆ ਧਰਤੀ ਦੇ ਅੰਦਰ ਵੀ ਪਾਣੀ ਹੈ ਤੇ ਸਾਰੀ ਧਰਤੀ ਪਾਣੀ ਤੇ ਖੜੀ ਹੈ ਜਿਵੇਂ ਤੁਸੀਂ ਇੱਕ ਬਲੂਨ ਲੈ ਲਓ ਬਲੂਨ ਦੇ ਵਿੱਚ ਪਾਣੀ ਪਾ ਦਿਓ ਉਹ ਬਲੂਨ ਨੂੰ ਤੁਸੀਂ ਪਾਣੀ ਦੇ ਉੱਤੇ ਪਾ ਰੱਖ ਦਿਓ ਕਹਿੰਦੇ ਇਸ ਤਰ੍ਹਾਂ ਹੀ ਧਰਤੀ ਹੈ ਓਕੇ ਅੰਦਰ ਵੀ ਪਾਣੀ ਬਾਹਰ ਵੀ ਪਾਣੀ ਸਿਰਫ ਇਕ ਲਈ ਇਹ ਰਾ ਜਿਹੜਾ ਉਹਨੂੰ ਧਰਤੀ ਨੂੰ ਜਾਂ ਪਰ ਧਰਤੀ ਕਹਿੰਦੇ ਆ ਬਸ ਇੰਨੀ ਕੁ ਗੱਲ ਹੈ ओके सो ਕਹਿੰਦੇ ਪਾਣੀ ਅੰਦਰ ਤਰਤਾ ਹੈ ਪਾਣੀ ਦੇ ਅੰਦਰ ਤਰਤੀ ਹੈ ਤੇ ਧਰਤੀ ਦੇ ਅੰਦਰ ਵੀ ਪਾਣੀ ਹੈ ਸੋ ਦੈਟ ਮੀਨਸ ਪਰਮਾਤਮਾ ਆਪਣੇ ਬਾਹਰ ਵੀ ਹੈ ਆਪਣੇ ਅੰਦਰ ਵੀ ਹੈ ਤੇ ਆਪਾਂ ਕਿਥੇ ਰਹਿੰਦੇ ਆ ਪਰਮਾਤਮਾ ਦੇ ਅੰਦਰ ओके द ਪਾਣੀ ਕੈਨ ਬੀ ਗੋਡ ਪਰਮਾਤਮਾ ਪਰਮਾਤਮਾ ਦੇ ਜਿਵੇਂ ਧਰਤੀ ਅੰਦਰ ਤਰਤਾ ਹੈ ਸੋ ਪਰਮਾਤਮਾ ਦੇ ਅੰਦਰ ਆਪਾਂ ਧਰਤੀ ਅੰਦਰ ਪਾਣੀ ਆਪਣੇ ਅੰਦਰ ਵੀ ਪਰਮਾਤਮਾ ਹੈ ਸੋ ਪਰਮਾਤਮਾ ਸਾਰੀ ਗਿਤੀ ਆਪਾ ਉਹਦੇ ਕਰਕੇ ਹੀ ਆ ਵੀ ਆ ਨਥਿੰਗ ਐਲਸ ਓਕੇ ਫਿਰ ਧਰਤੀ ਰੰਗ ਨਾ ਰੰਗ ਸਭ ਧਰਤੀ ਸਾ ਉਹ ਨਾ ਸਭ ਰਸ ਰਸੈ ਹੁਣ ਦੇਖੋ ਕਹਿੰਦੇ ਧਰਤੀ ਦਾ ਕੋਈ ਰੰਗ ਨਹੀਂ ਕੋਈ ਧਰਤੀ ਦਾ ਰੰਗ ਦੱਸੂਗਾ ਕੀ ਆ ਧਰਤੀ ਦਾ ਰੰਗ ਤੁਸੀਂ ਕਲੇ ਦਾ ਰੰਗ ਦੱਸ ਦੋਗੇ ਸੈਣ ਦਾ ਰੰਗ ਦੱਸ ਦੋਗੇ ਪਰ ਧਰਤੀ ਦਾ ਕੀ ਰੰਗ ਆ ਓਕੇ ਆ ਧਰਤੀ ਦਾ ਕੋਈ ਰੰਗ ਨਹੀਂ ਨਾ ਕਹਿੰਦੇ ਧਰਤੀ ਰੰਗਣਾ ਰੰਗ ਸਭ ਪਰ ਜੇ ਧਰਤੀ ਤੇ ਤੁਸੀਂ ਇੱਕ ਰੋਜ਼ ਫਲਾਵਰ ਦਾ ਬੀਜ ਜਮ ਦੇਓ ਉਹਨੇ ਰੈਡ ਕਰ ਦੇਣਾ ਤੁਹਾਨੂੰ ਉਹਨੇ ਧਰਤੀ ਰੈਡ ਕਰ ਦੇਣੀ ਆ ਜੇ ਤੁਸੀਂ ਲੇਵੈਂਡਾ ਲਾ ਲਓ ਉਹਨੇ ਲੇਵੈਂਡਾ ਦਾ ਕਲਰ ਦੇ ਦੇਣਾ ਜੇ ਤੁਸੀਂ ਸੂਰਜਮੁਖੀ ਲਾ ਲਓ ਸਨਫਲਾਵਰ ਲਾ ਲਓ ਉਹਨੇ ਖੱਟੀ ਕਰ ਦੇਣਾ ਧਰਤੀ ਨੂੰ ਜੇ ਤੁਸੀਂ ਵੈਜੀਟੇਸ਼ਨ ਲਾ ਦੋ ਤਾਂ ਹਰੀ ਕਰ ਦੇਣਾ ਦੇਖੋ ਇੱਕ ਧਰਤੀ ਜਿਹਦਾ ਆਪਣਾ ਕੋਈ ਕਲਰ ਨਹੀਂ ਪਰ ਉਹ ਸਾਰਿਆਂ ਨੂੰ ਕਲਰ ਦੇ ਦਿੰਦੀ ਆ ਤਰ੍ਹਾਂ ਤਰ੍ਹਾਂ ਦੇ ਕਲਰ ਜਿਹੜਾ ਉਗਾ ਦਿੰਦੀ ਆ ਤੁਹਾਡੇ ਵਾਸਤੇ ਦੇਖੋ ਕਿੰਨਾ ਇੱਕ ਕ੍ਰਿਸ਼ਮਾ ਹੈ ਨਾ ਪਰਮਾਤਮਾ ਦਾ ਉਹਦਾ ਆਪਣਾ ਰੰਗ ਕੋਈ ਨਹੀਂ ਵਿਚਾਰੀ ਦਾ ਪਰ ਸਾਰੇ ਰੰਗ ਉਹਦੇ ਤੋਂ ਜਿਹੜਾ ਹਨ ਪੈਦਾ ਹੁੰਦੇ ਐ ਐਂਡ ਡੂ ਯੂ ਨੋ ਜਿਹੜੀਆਂ ਲੋਕ ਪੇਂਟਿੰਗ ਕਰਦੇ ਸੀ ਨਾ ਅੱਗੇ ਪੁਰਾਣੇ ਸਮਿਆਂ ਚੋ ਆਰਟੀਫੀਸ਼ੀਅਲ ਕਲਰ ਨਹੀਂ ਲੰਦੇ ਸੀਗੇ ਇਫ ਦੇ ਵਾਂਟ ਰੈਡ ਦੈਨ ਰੈਡ ਜਿਹੜਾ ਰੋਜ਼ ਫਲਾਵਰ ਨੂੰ ਰਗੜ ਕੇ ਕੋਈ ਬੀਟ ਰੂਟ ਵਰਗੀ ਕੋਈ ਚੀਜ਼ ਨੂੰ ਪਾ ਕੇ ਉਹ ਉਹ ਕਲਰ ਬਣਾ ਕੇ ਕਰਦੇ ਹੁੰਦੇ ਸੀ ਪੇਂਟਿੰਗ ਸੋ ਦੈਨ ਫੀਗ ਨੇਚਰਲ ਜੇ ਤੁਸੀਂ ਹਰਾ ਲੈਣਾ ਉਹਨੇ ਪੱਤੇ ਲੈ ਕੇ ਜਾਂ ਕੋਈ ਹਰੀ ਚੀਜ਼ ਲੈ ਕੇ ਉਹਨੂੰ ਗ੍ਰਾਈਂਡ ਕਰ ਉਹਦਾ ਹਰਾ ਰੰਗ ਕੱਢਣਾ ਹੈ ਸੋ ਲੋਕ ਇਸ ਤਰ੍ਹਾਂ ਦੀਆਂ ਪੇਂਟਿੰਗਸ ਅਗੇ ਕਰਦੇ ਹੁੰਦੇ ਸੀਗੇ ਉਹ ਕਲਰ ਸਾਰੇ ਨੇਚਰਲ ਹੁੰਦੇ ਸੀਗੇ ਕੋਈ ਆਰਟੀਫੀਸ਼ੀਅਲ ਕਲਰ ਨਹੀਂ ਵਰਤਦਾ ਸੀਗਾ ਹੁਣ ਸਾਬ ਕਰੋ ਪੇਂਟਿੰਗਸ ਕਿੰਨਿਆਂ ਕਲਰ ਦਿਆਂ ਬੰਦੀਆਂ ਸੀ ਧਰਤੀ ਵਿੱਚੋਂ ਦੇਖੋ ਕਿੰਨੇ ਕਲਰਸ ਨਿਕਲਦੇ ਨੇ ਹਰ ਇੱਕ ਕਲਰ ਤੁਹਾਨੂੰ ਮਿਲ ਜਾਏਗਾ ਫਿਰ ਧਰਤੀ ਸੋ ਧਰਤੀ ਸੌਨਾ ਸਾਬਰਾ ਸਰਸਾ ਦੇਖੋ ਕਹਿੰਦੇ ਧਰਤੀ ਦਾ ਕੋਈ ਸਵਾਦ ਨਹੀਂ ਹੈਵ ਯੂ ਐਵਰ ਇਟਨ ਸੋਇਲ অর ਨਾਟ ਕਿਤੇ ਖਾ ਕੇ ਦੇਖੀ ਆ ਮਿੱਟੀ-ਮੁੱਟੀ ਜਾਂ ਧਰਤੀ ਖਾ ਕੇ ਦੇਖੀ ਆ ਨਹੀਂ ਖਾਦੀ ਖਾ ਕੇ ਦੇਖਿਓ ਪਲੀਜ਼ ਇਹ ਕੋਰੇ ਤਾਂ ਖਾਣੀ ਚਾਹੀਦੀ ਹੈ ਹੈਨਾ I mean ਗਈ ਬੰਦ ਬੱਚੇ ਛੋਟੇ ਹੁੰਦੇ ਨੇ ਉਹ ਪਹਿਲਾਂ ਖਾ ਲੈਂਦੇ ਨੇ ਹੈਨਾ ਉਹਨਾਂ ਤੋਂ ਬੱਚੇ ਨੂੰ ਭੇਜ ਦੋ ਉਹਨੇ ਮਿੱਟੀ ਵੀ ਖਾ ਲੈਣੀ ਹੈ ਨਾ ਕੋਰੇ ਗਣਾ ਪਰ ਉਹ ਟਾਈਮ ਤੇ ਆਪ ਨੂੰ ਯਾਦ ਨਹੀਂ ਹੋਣਾ ਹੈਨਾ ਜੇ ਨਹੀਂ ਖਾਦੀ ਖਾ ਕੇ ਦੇਖ ਲਿਓ ਇਸ ਨੂੰ ਹਮ ਇਸ ਟੋਟਲੀ ਵੈਜੀਟੇਰੀਅਨ ਵੀਗਨ ਫ੍ਰੈਂਡਲੀ ਇਸ ਆਲ ਦੈਟ ਓਕੇ ਸੋ ਥੋੜੀ ਜਿਹਾ ਖਾ ਕੇ ਦੇਖ ਲਿਓ ਉਹਦੇ ਚ ਕੋਈ ਸੁਆਦ ਨਹੀਂ ਆਉਂਦਾ ਦੈਟਸ ਨੋ ਟੇਸਟ ਬਟ ਕੰਦੇ ਧਰਤੀ ਸੋ ਨਾ ਸਬਰ ਰਸ ਰਸ ਹੈ ਪਰ ਧਰਤੀ ਵਿੱਚੋਂ ਦੇਖੋ ਕਿੰਨੇ ਰਸ ਨਿਕਲਦੇ ਨੇ ਖਟਾ ਮਿੱਠਾ ਸੁਆਦਲਾ ਕੋੜਾ ਸਭ ਦਾ ਜੇ ਕਿ ਨਹੀਂ ਰਸ ਧਰਤੀ ਕੜਦੀ ਹੈ ਉਹਦਾ ਆਪਣਾ ਰਸ ਕੋਈ ਨਹੀਂ ਵਿਚਾਰੀ ਦਾ ਸਾਰੇ ਤੁਹਾਨੂੰ ਰਸ ਦੇ ਸਕਦੀ ਹੈ ਫਿਰ ਧਰਤੀ ਗੰਧ ਨਾ ਗੰਧ ਬਹੁਤ ਧਰਤ ਨਾ ਰੂਪ ਅਨੂਪ ਤਰਸੈ ਦੇਖੋ ਧਰਤੀ ਦਾ ਕੋਈ ਵਾਸ਼ਨਾ ਨਹੀਂ স্মੈਲ ਕਰਕੇ ਦੇਖੋ ਧਰਤੀ ਨੂੰ ਚੱਕ ਕੇ ਆਫ ਕੌਰਸ ਦਾ ਕੌਰੈਕ ਪਲੇਸ ਨਾ ਗਲਤ ਜਗ੍ਹਾ ਬਸੇ ਨਾ ਲੈ ਲਓਗੇ ਤੇ ਗੰਧ ਗੁੰਧ ਨੂੰ ਸੁਣ ਕੇ ਵਜੂਗੇ ਔਰ ਬੇਹੋਸ਼ ਹੋ ਜੂਗੇ ਹਾਂਜੀ ਕੋਈ ਸੋਹਣੀ ਜੀ ਧਰਤੀ ਜਿਹੜੀ ਹੈ ਕਿਸੇ ਨੇ ਛੇੜੀ ਨਾ ਹੋਵੇ ਉਹਨੂੰ ਸੁਣ ਕੇ ਦੇਖ ਲਿਓ ਸੋਗਣ ਕਰਕੇ ਕੋਈ ਉਹਦੇ ਵਿੱਚ ਨਹੀਂ ਆਉਂਦਾ ਜੀ ਉਹਦੀ ਉਹਦੀ ਜਿਹੜੀ 스멜 ਆ ਕੋਈ ਨਹੀਂ ਹੈਗੀ ਪਰ ਧਰਤੀ ਕਿੰਨੀਆਂ 스멜 ਦਿੰਦੀ ਹੈ ਹਾਂਜੀ ਚੰਦਨ ਵਰਗੀ 스멜 ਦੇ ਦਿੰਦੀ ਹੈ ਕੋਈ ਲੈਮਨ ਦੀ 스멜 ਦੇ ਦਿੰਦੀ ਹੈ ਰੋਜ਼ ਦੀ 스멜 ਦੇ ਦਿੰਦੀ ਹੈ ਕਿੰਨੀਆਂ 스멜 ਦਿੰਦੀ ਹੈ ਤਰਾਂ ਤਰਾਂੀਆਂ ਜਿਹਦੇ ਆਪਾਂ ਪਰਫਿਊਮ ਬਣਾ ਕੇ ਲਾਉਂਦੇ ਹਾਂ ਰਾਈਟ ਸੋ ਉਹ ਵੀ ਧਰਤੀ ਤੋਂ ਹੀ ਨਿਕਲਦੇ ਆ ਨਾ ਉਹ ਸਾਰੇ ਇਹ ਫ੍ਰੈਗਰੈਂਸ ਜਿਹੜੀਆਂ ਸਾਰੀਆਂ ਉੱਥੋਂ ਹੀ ਨਿਕਲਦੀਆਂ ਨੇ ਫੇਰ ਕਹਿੰਦੇ ਤਰਤ ਨਾ ਰੂਪ ਧਰਤੀ ਦਾ ਕੋਈ ਰੂਪ ਨਹੀਂ ਇਜ਼ 댓 ਐਨੀ ਫਾਰਮ ਧਰਤੀ ਦਾ ਕੋਈ ਫਾਰਮ ਹੈਗਾ ਆਫ ਕਾਸ ਇੰਜੀਨੀਅਰਿੰਗ ਕਰਕੇ ਹੁਣ ਉਹਨਾਂ ਨੇ ਫਾਰਮਸ ਬਣਾਤੇ ਕਿਸੇ ਨੇ ਕੇਐਲਸੀ ਦੀ ਖੜੀ ਕਰਤੀ ਕਿਸੇ ਨੇ ਬੁਰਜ ਖੜਾ ਕਰਤਾ ਕਿਸੇ ਨੇ ਟੀਆਰਐਕ ਖੜੀ ਜਾਂਦੀ ਆ ਕਰਤਾ ਉਹ ਕਰਤਾ ਬਟ ਐਕਚੁਅਲੀ ਯੂ نو ਯੂ ਆ ਰ ਐਲੀਵੇਟਿੰਗ ਦ ਅਰਥ ਉਹ ਹੁਣ ਮੰਨ ਗਏ ਨਾ ਤਾਂ ਹੀ ਤਾਂ ਸਟਰਟਾ ਟਾਈਟਲਸ ਆ ਗਏ ਕਹਿੰਦੇ ਹੁਣ ਉਹ ਧਰਤੀ ਐਲੀਵੇਟ ਹੋ ਗਈ ਜਿਹੜੀ ਅੰਨਕ ਟੁਕੜਾ ਸੀ ਇਜ਼ ਆਲਰੇਡੀ ਮਲਟੀਪਲਾਈਡ ਬਾਈ 15 20 30 ਉਹ ਤੇ ਚੜ ਗਈ ਐ ਸੋ ਉਹ ਕੀ ਹੁੰਦਾ ਹੁਣ ਉਹਨੂੰ ਵੀ ਧਰਤੀ ਮੰਨਦੇ ਆ ਕਹਰੇਗੇ ਨਾ ਅðਵਾ ਸ਼ਾਊਟ ਟੂ ਟੈਕਸ ਯੂ ਜੇ ਤੁਸੀਂ ਲੋ ਟੈਕਸ ਵਿੱਚ ਜਾਓਗੇ ਲੈਂਡ ਲੌਜ ਵਿੱਚ ਜਾਓਗੇ ਐਕਚੁਅਲੀ ਦੇ ਕੈਨੋਟ ਟੈਕਸਿਓਟ ਇਟਸ ਐਲੀਵੇਟਡ ਵਾਟ ਸੋ ਦਰਸ ਓਨਲੀ ਵਨ ਲੋਟ ਵਿਚ ਇਜ਼ ਦ ਅਰਥ ਵਿਚ ਯੂ ਕੈਨ ਟੈਕਸ ਦ ਐਲੀਵੇਸ਼ਨ ਵਨ ਯੂ ਕੈਨੋਟ ਡੂ ਵਾਟ ਹਾਂ ਪਰ ਉਹਨਾਂ ਨੇ ਕੀ ਕੀਤਾ ਚਲੋ ਲਾ ਬਣਾ ਕੇ ਉਹਨਾਂ ਨੇ ਉਹ ਮਲਟੀਪਲਾਈ ਕਰ ਲਿਆ ਸੋ ਦ ਮੋਰ ਬਿਲਡਿੰਗ ਦ ਮੋਰ ਬਟਲ ਮੋਰ ਟੈਕਸ ਦੇ ਕੈਨ ਕਲੈਕਟ ਹਾਂ ਸੋ ਪਰ ਉਹਨੂੰ ਐਲੀਵੇਟਡ ਧਰਤੀ ਕਹਿੰਦਾ ਹੁਣ ਦੇਖੋ ਧਰਤ ਨਾ ਰੂਪ ਰੂਪ ਨਹੀਂ ਗਿਆ ਧਰਤੀ ਦਾ ਪਰ ਧਰਤੀ ਵਿੱਚੋਂ ਕਿੰਨੇ ਰੂਪ ਨਿਕਲਦੇ ਨੇ ਕਿੰਨੇ ਤਰ੍ਹਾਂ ਦੇ ਦਰਖਤ ਨਿਕਲਦੇ ਨੇ ਕਿੰਨੇ ਸ਼ੇਪਸ ਨਿਕਲਦੇ ਨੇ ਕਿਸੇ ਦਾ ਕਿਸੇ ਦਾ ਕੋਈ ਸ਼ੇਪ ਆ ਕਿਸੇ ਦਾ ਕੋਈ ਸ਼ੇਪ ਆ ਇੰਨੇ ਸ਼ੇਪ ਬਣ ਗਿਆ ਜੀ ਜਿਹਦਾ ਆਪਣਾ ਕੋਈ ਸ਼ੇਪ ਨਹੀਂ ਫਿਰ ਜੇਹਾ ਬੀਜਾ ਸੋ ਲੁਣਾ ਕਰਮ ਭੂਮ ਸਭ ਕੋਈ ਦੱਸੈ ਦੇਖੋ ਲੋਕ ਕੀ ਦੱਸਦੇ ਨੇ ਕਹਿੰਦੇ ਧਰਤੀ ਉਹ ਚੀਜ਼ ਆ ਦੇ ਗਿਵ ਯੂ ਐਨ ਐਗਜ਼ਾਮਪਲ ਫਾਰ ਯੋਰ ਕਰਮ ਕਹਿੰਦੇ ਜਿਹਜਾ ਕੋਈ ਬੀਜੇਗਾ ਤੈਸਾ ਕੋਈ ਵੱਢੇਗਾ ਰਾਈਟ ਹੁਣ ਧਰਤੀ ਦਾ ਐਗਜ਼ਾਮਪਲ ਇੱਕ ਕਰਮ ਭੂਮੀ ਕਹਿੰਦੇ ਆ ਵੀ ਇਹ ਕਰਮ ਭੂਮੀ ਆ ਜਿਸ ਜਾਂ ਬੀਜੂਗੇ ਤੁਹਾਨੂੰ ਉਹ ਜਾਈ ਉਹਨੇ ਜਿਹੜਾ ਹਨ ਉਹ ਜਾਈ ਦਰਖਤ ਉਹ ਜਾਈ ਸਵਾਦ ਉਹ ਜਾਈ ਤੁਹਾਨੂੰ ਫਲ ਦੇਣਾ ਹੈ ਸੋ ਕਹਿੰਦੇ ਜੇਹਾ ਬੀਜਿਆ ਸੋ ਲੁਣਾ ਲੋਕੀ ਕਹਿੰਦੇ ਜੇ ਜਾਂ ਬੀਜੂਗਾ ਧਰਤੀ ਤੇ ਵੈਸਾ ਹੀ ਤੁਹਾਨੂੰ ਖਾਣਾ ਪੈਣਾ ਯੂ ਹੈਵ ਟੂ ਈਟ ਵਾਟ ਯੂ ਵਾਟ ਯੂ ਹਾਂ ਸੋ ਨਾ ਉਹੀ ਕਰਨਾ ਪੋਗਾ ਨਾ ਸੋ ਇਸ ਕਰਕੇ ਕਹਿੰਦੇ ਧਰਤੀ ਇੱਕ ਐਸੀ ਚੀਜ਼ ਮੰਨੀ ਗਈ ਹੈ ਵੀ ਜੈਸਾ ਵਰਤਾਵਾ ਤੁਸੀਂ ਕਰੋਗੇ ਧਰਤੀ ਤੁਹਾਨੂੰ ਵੈਸਾ ਹੀ ਦੇਵੇਗੀ ਐਨ ਇਹ ਗੱਲ ਇੱਕ ਹੋਰ ਮੰਨਣ ਵਾਲੀ ਹੈ ਜੇ ਧਰਤੀ ਤੇ ਬਹੁਤ ਸਾਰਾ ਪਾਪ ਹੋਣ ਲੱਗ ਜਵੇ ਓਕੇ ਜੇ ਧਰਤੀ ਤੇ ਪਾਪ ਬਹੁਤ ਸਾਰਾ ਹੋ ਜਾਵੇ ਫਿਰ ਕਹਿੰਦੇ ਧਰਤੀ ਪਾਪ ਨੂੰ ਵੀ ਨਹੀਂ ਸਹਾਰਦੀ ਉਹ ਫਿਰ ਅਤਕੈਕ ਹੋ ਜਾਂਦੇ ਨੇ ਓਕੇ ਕਿੰਨੀਆਂ ਧਰਤੀਆਂ ਤੁਸੀਂ ਹਿਸਤਰੀ ਪੜ੍ਹ ਕੇ ਦੇਖੋ ਐਂਸ਼ੀਅਨ ਹਿਸਤਰੀ ਤੋਂ ਹੁਣ ਤੱਕ ਕਿੰਨੀਆਂ ਧਰਤੀਆਂ ਖਤਮ ਹੋਈਆਂ ਪੋਂਪੇ ਹੋਇਆ ਕਿੰਨਿਆਂ ਹੋਇਆ ਕਹਿੰਦੇ ਤੁਸੀਂ ਇਸ ਤਰੀਕਾ ਪੜ ਕੇ ਦੇਖੋ ਕਹਿੰਦੇ ਜਿੱਥੇ ਪਾਪ ਹੋਣ ਲੱਗ ਜਾਓ ਧਰਤੀ ਪਾੜ ਜਾਂਦੀ ਹੈ ਉਹ ਸਾਰਾ ਟਾਊਨ ਗਰਕ ਹੋ ਜਾਂਦਾ ਸੀ ਵਿੱਚ ਫਿਰ ਉਹ ਧਰਤੀ ਸਹਾਰਦੀ ਵੀ ਨਹੀਂ ਹੈਗੀ ਸੋ ਇਸ ਕਰਕੇ ਕਹਿੰਦੇ ਧਰਤੀ ਨੂੰ ਮੰਨਿਆ ਜਿਹਾ ਬੀਜਾ ਸੋ ਲੁਣਿਆ ਕਰਮ ਭੂਮ ਸਭ ਕੋਈ ਦੱਸੈ ਇਹ ਦੱਸਦਾ ਹਰ ਕੋਈ ਕਹਿੰਦੇ ਵੀ ਧਰਤੀ ਐਸੀ ਹੈ ਫਿਰ ਚੰਦਨ ਲੇਪ ਨਾਲ ਲੇਪ ਹੈ ਕਰ ਮਲ ਮੂਤ ਕਸੂਤ ਨਾ ਤਸੈ ਦੇਖੋ ਜੇ ਤੁਸੀਂ ਧਰਤੀ ਨੂੰ ਚੰਦਨ ਦਾ ਲੇਪ ਕਰ ਦੋ ਚੰਦਨ ਦਾ ਪਲਾਸਟਰਿੰਗ ਕਰ ਦੋ ਪਰ ਜਿਹੜਾ ਚੰਦਨ ਦਾ ਇੱਕ ਲੇਅਰ ਲਾ ਦੋ ਤੁਹਾਨੂੰ ਧਰਤੀ ਨੇ ਟੈਂਕਿਊ ਨਹੀਂ ਕਹਿਣਾ ਥੈਂਕਿਊ ਵੈਰੀ ਮਚ ਹ ਡੂਇੰਗ ਅ ਗੁੱਡ ਜੌਬ ਹੈਨਾ ਸੋ ਤੁਹਾਨੂੰ ਇਹ ਨਹੀਂ ਕਹਿਣਾ ਤੁਸੀਂ ਚੰਦਨ ਲਾ ਦੋ ਤੇ ਉਹਨਾਂ ਕੋਈ ਫਰਕ ਨਹੀਂ ਪੈਂਦਾ ਕਰ ਮਲਮੂਤ ਜੇ ਤੁਸੀਂ ਉੱਤੇ ਆਪਣਾ ਮਲਮੂਤਰ ਕਰ ਦੋ ਯੂਰਿਨ ਕਰ ਦੋ ਹਾਂਜੀ ਉਹਦੇ ਬੈਠ ਕੇ ਪਾਸ ਮੂਸ਼ਨ ਕਰ ਦੋ ਜੋ ਮਰਜੀ ਕਰ ਦੋ ਧਰਤੀ ਦੇ ਉੱਤੇ ਜਿਵੇਂ ਪੰਜਾਬ ਚ ਲੋਕ ਬਹੁਤ ਕਰਦੇ ਹੁੰਦੇ ਸੀ ਉਹ ਟਾਈਮ ਤੇ ਜਿਹੜਾ ਟਾਇਲਟਸ ਨਹੀਂ ਹੁੰਦੀਆਂ ਸੀ ਸਾਰੇ ਖੇਤਾਂ ਵਿੱਚ ਜਾਂਦੇ ਹੁੰਦੇ ਸੀ ਹੈਨਾ ਸੋ ਉਹਨਾਂ ਦਾ ਜਿਹੜਾ ਹੈ ਸਭ ਕੁਝ ਨੇਚਰਲ ਸੀ ਉਹ ਟਾਈਮ ਤੇ ਈਵਨ ਦਾ ਫਰਟੀਲਾਈਜ਼ਰਸ ਵਾਸ ਨੇਚਰਲ ਹਾਂਜੀ ਹਿਊਮਨ ਨੇਚਰਲ ਜੇ ਉਹ ਸਾਰਾ ਉੱਤੇ ਬਹਿ ਕੇ ਕਰ ਲੰਦੇ ਸੀਗੇ ਸਾਰੇ ਖੇਤਾਂ ਵਿੱਚ ਭਰਿਆ ਹੁੰਦਾ ਸੀ ਵੈਨ ਯੂ ਵਾਕ ਔਨ ਅ ਖੇਤ ਯੂ ਮਸਟ ਬੀ ਵੈਰੀ ਕੇਅਰਫੁਲ ਨਾ ਆਪਣੇ ਵਰਗੇ ਤਾਂ ਬੂਬੀ ਟੈਪ ਤੇ ਉਦੋਂ ਹੀ ਪੈਰ ਰੱਖ ਦਿੰਦੇ ਸੀਗੇ ਬਸ ਹੋ ਗਿਆ ਕੰਮ ਯੂ ਨੋ ਐਂਡ ਐਂਡ ਦ ਵਰਸ ਥੀ ਇਫ ਇਟਸ ਫਰੈਸ਼ ਸੋ ਓਕੇ ਸੋ ਜਿਹੜਾ ਇਹ ਜਿਹੜਾ ਸੀ ਨਾ ਕਹਿੰਦੇ ਹੁਣ ਇਹ ਧਰਤੀ ਨੂੰ ਚਾਹੇ ਤੁਸੀਂ ਮੂਤ ਦੇ ਦਿਓ ਚਾਹੇ ਮਲ ਮੁੱਤਰ ਮੁੱਤਰ ਦੇ ਦਿਓ ਤੂੰ ਮਰ ਜੋ ਮਰਜੀ ਕਰ ਦਿਓ ਕਹਿੰਦੇ ਧਰਤੀ ਕਿਤੇ ਪਾਠ ਦੀ ਨਹੀਂ ਧਰਤੀ ਕਿਤੇ ਥੱਲੇ ਨਹੀਂ ਡਿੱਗਦੀ ਸ਼ੀ ਐਕਸੈਪਟਡ ਉਹ ਤਰਤੀ ਫਿਰ ਵੀ ਐਕਸੈਪਟ ਕਰਦੀ ਹੈ ਚਾਹੇ ਚੰਦਨ ਦਾ ਲੇਪ ਕਰ ਦੋ ਚਾਹੇ ਮਲਮੂਤਰ ਕਰ ਦੋ ਕਹਿੰਦੇ ਸਿੱਖ ਐਸੇ ਨੇ ਚਾਹੇ ਤੂੰ ਸਿੱਖਾਂ ਨਾਲ ਚੰਗਾ ਵਰਤਾਰਾ ਕਰਲਾ ਤਾਂ ਵੀ ਤਨੂੰ ਚੰਗਈ ਕਹਿਣਗੇ ਚਾਹੇ ਤੂੰ ਮਾੜਾ ਕਹਲਾ ਤਾਂ ਵੀ ਤਨੂੰ ਚੰਗਾ ਕਹਣਗੇ ਹੁਣ ਦੇਖੋ ਜਿਵੇਂ ਮੀਰ ਮਨੂ ਦਾ ਟਾਈਮ ਆਇਆ ਸੀ ਨਾ ਮੀਰ ਮਨੂ ਨੇ ਕਹਿੰਦਾ ਮੈਂ ਸਿੱਖਾਂ ਨੂੰ ਖਤਮ ਕਰ ਦੇਣਾ ਉਹਨੇ ਕਿੰਨੇ ਸਿੱਖ ਮਾਰੇ ਉਕੇ ਜਿਹਨੇ ਬੀਬੀਆਂ ਨੂੰ ਪਤਾ ਸੀ ਜੇਲ੍ਹ ਦੇ ਵਿੱਚ ਸਿੰਘਣਿਆਂ ਨੂੰ ਲਾਹੌਰ ਦੇ ਵਿੱਚ ਯੂ نو ਸੋ ਕਿੰਨਿਆਂ ਨੂੰ ਉਥੇ ਉਹਨੇ ਰੱਖਿਆ ਮਾਰਿਆ ਕੁੱਟਿਆ ਉਹਦੇ ਹਿਸਾਬ ਨਾਲ ਨਾ ਜਿਹੜੇ ਮੇਲ ਸੀ ਮਰ ਗਏ ਸੀ ਸਿੱਖ ਮੇਲ ਸਾਰੇ ਮਰ ਗਏ ਫੀਮੇਲ ਰਹਿ ਗਈਆਂ ਸੀ ਬੱਚਿਆਂ ਨਾਲ ਉਹ ਵੀ ਉਹਨੇ ਮਾਰ ਦਿੱਤੇ ਜੇਲ੍ਹ ਦੇ ਵਿੱਚ ਤੇ ਸਿੱਖ ਕੀ ਕਹਿੰਦੇ ਹੁੰਦੇ ਸੀਗੇ ਕਹਿੰਦੇ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਹੇ ਜਿਉਂ-ਜਿਉਂ ਮੰਨੂ ਸਾਨੂੰ ਵੜਦਾ ਅਸੀਂ ਦੂਨ ਸਵਾਏ ਹੋਈ ਦੇਖੋ ਨਾ ਸਿੱਖ ਕੀ ਕਹਿੰਦਾ ਹੈ ਕਹਿੰਦਾ ਮੰਨੂ ਸਾਡੀ ਦਾਤਰੀ ਆ हां ਸਾਨੂੰ ਦਾਤਰੀ ਜਿਹੜੀ ਐ ਸਾਨੂੰ ਵੱਢਣ ਵਾਲੀ ਐ ਕਹਿੰਦੀ ਆਸੀ ਮੰਨੂ ਦੇ ਸੋਏ ਉਹ ਜਿਹੜਾ ਉਹ ਜਿਹਨੂੰ ਵੱਢਦਾ ਐ ਨਾ ਜਿਵੇਂ ਆਪਾਂ ਖੇਤ ਖੇਤ ਵੱਢਦੇ ਆਂ ਕਹਿੰਦੇ ਖੇਤਾਂ ਚ ਜਦੋਂ ਵੱਢਿਆ ਜਾਂਦਾ ਅਸੀਂ ਉਹ ਆ ਸਾਨੂੰ ਮੰਨੂ ਮੰਨੂ ਵੱਢੀ ਜਾਂਦਾ ਐ ਆਸੀ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਸਾਨੂੰ ਵੱਢਦਾ ਜਿਉਂ-ਜਿਉਂ ਸਾਨੂੰ ਵੱਢਦਾ ਅਸੀਂ ਉਨੇ ਹੀ ਜਿਆਦੇ ਹੁੰਦੇ ਆਂ ਦੇਖੋ ਨਾ ਇਹ ਗੱਲ ਸੀਗੀ ਦੇਖੋ ਨਾ ਕੈਨ ਯੂ ਸੇ ਥਿਸ ਡੂਰਿੰਗ 댓 ਟਾਈਮ ਆਊਟ ਉਹ ਟਾਈਮ ਤੇ ਉਹ ਸਿੱਖ ਕਹਿੰਦੇ ਹੁੰਦੇ ਸੀ ਤੂੰ ਜਿੰਨਾ ਮਾਰੀ ਸਾਨੂੰ ਵੱਢ ਲਾ ਕੋਈ ਨਹੀਂ ਅਸੀਂ ਉਨੇ ਹੀ ਜਿਆਦੇ ਹੋਵਾਂਗੇ ਗੱਲ ਵੀ ਸੱਚੀ ਹੋਈ ਉਹ ਟਾਈਮ ਤੋਂ ਬਾਅਦ ਸਿੱਖੀ ਕਿੰਨੀ ਵਧੀ ਓਕੇ ਸੋ ਮੀਰ ਮੰਨੂ ਦਾ ਟਾਈਮ ਵੱਡਾ ਕੱਲੂ ਕਰਾ ਦੇਰ ਵਾਸ ਓਨਲੀ 30000 6 ਲਿਫਟ ਇਨ ਦ ਵਰਲ ਦੈਟਸ ਆਲ ਖਤਮ ਹੋ ਗਿਆ ਸੀ ਕੰਮ ਪਰ ਫਿਰ ਵੀ ਦੇਖੋ ਉਹ ਕਹਿੰਦੇ ਸੀ ਨਾ ਜਿਉਂ-ਜਿਉਂ ਸਾਨੂੰ ਮੰਨੂ ਵੜਾ ਅਸੀਂ ਦੀਨਸੋਂ ਆਏ ਹੋ ਉਹ ਕਹਿੰਦੇ ਅਸੀਂ ਓਨੇ ਜਿਆਦੇ ਹੋਵਾਂਗੇ ਤੂੰ ਵੱਡ ਤੂੰ ਰੱਜ ਕੇ ਵੱਡ ਤਨੁਨੀਆ ਸੇ ਹਟਾਉਂਦੇ ਵੱਡਣ ਤੋਂ ਤੂੰ ਵੱਡ ਅਸੀਂ ਓਨੇ ਜਿਆਦੇ ਹੋਵਾਂਗੇ ਦੇਖੋ ਇਹ ਚੀਜ਼ ਜਿਹੜੀ ਆ ਨਾ ਇਹ ਨਿਚ ਹੈ ਹੁਣ ਜਿਹੜੀ ਚੀਜ਼ ਨੂੰ ਤੁਸੀਂ ਵੱਢਦੇ ਹੋ ਨਾ ਉਹ ਜਿਆਦੇ ਹੁੰਦੀ ਹੈ ਤੂੰ ਐ ਕਿਵੇਂ ਤੂੰ ਸੋਚਦਾ ਕਿ ਉਹ ਵਧਦੇ ਮਹੀਨੇ ਚ ਦੋ ਵਾਰੀ ਤੁਸੀਂ ਵੱਢੀ ਜਾਓ ਉਹਨਾਂ ਜਿਆਦੇ ਹੋਣਾ ਉਹਨਾਂ ਜਿਆਦੇ ਹੋਰ ਹੋਊਗਾ ਇਹ ਕਨਸੈਪਟ ਆ ਸਿੱਖੀ ਦਾ ਸਿੱਖੀ ਵੱਡਿਆਂ ਤੋਂ ਮਾਰਿਆਂ ਤੋਂ ਮੁਕਦੀ ਨਹੀਂ ਇਹ ਜਿਆਦੇ ਹੁੰਦੀ ਹੈ ਜਦੋਂ ਜੋ ਕੋਈ ਵੱਢੇਗਾ ਆਪਾਂ ਜਿਆਦੇ ਹੋਵਾਂਗੇ ਨਹੀਂ ਤਾਂ ਆਪਾਂ ਸਮਝ ਜਾਂਦੇ ਆ ਨਾ ਜੇ ਕੋਈ ਨਾ ਹਲੂਣਾ ਦੇਵੇ ਕਿ ਛੇੜੇ ਵੀ ਭਾਈ ਉੱਠ ਕੜ ਸਾਰੇ ਸੁੱਤੇ ਰਹਿੰਦੇ ਆ ਇਹ ਪ੍ਰੋਬਲਮ ਆ ਆਪਣਾ ਹਾਂਜੀ ਜਦੋਂ ਹਲੂਣਾ ਕੋਈ ਦੇ ਦੇਵੇ ਫਿਰ ਆਪਾਂ ਉੱਠ ਕੇ ਚੱਲਦੇ ਆ ਨਾ ਏਹੀ ਗੱਲ ਇੱਥੇ ਹੈ ਹੁਣ ਭਾਈ ਗੁਰਦਾਸ ਜੀ ਕਹਿੰਦੇ ਕਹਿੰਦੇ ਮਲ ਮੂਤਰ ਜਿੰਨਾ ਤੁਸੀਂ ਸਿੱਖਾਂ ਨੂੰ ਔਖਾ ਕਰੋਗੇ ਸਿੱਖ ਉਨਿਆ ਜਾਦੇ ਚੜਦਿਆਂ ਕਲਾਂਚ ਜਾਂਦੇ ਆ। that that's a point that you know ਦੇਖੋ ਅੱਜ ਤੁਸੀਂ ਹੁਣ ਦੇਖਿਆ ਹੀ ਆ ਓਕੇ ਦ ਲੇਟੈਸਟ ਜਿਹੜਾ ਆਪਣਾ ਕਿਸਾਨ ਦਾ ਮੋਰਚੇ ਹੋਏ ਸੀਗੇ ਜਾਂ ਹੋਰ ਸੀ ਪੁਲਿਸ ਵਾਲੇ ਜਿਹੜੇ ਆ ਕੇ ਕੁੱਟਦੇ ਆ ਉਹ ਵੀ ਲੰਗਰ ਖਾਂਦੇ ਸੀ ਆ ਕੇ ਤੇ ਵਿਚਾਰਿਆਂ ਜਿਹਨਾਂ ਨੂੰ ਕੁੱਟਿਆ ਉਹ ਆ ਕੇ ਲੰਗਰ ਵਸਾਉਂਦੇ ਸੀ ਨਾ ਉਹ ਹਾਉ ਕੀ ਦੱਸ ਦੱਸ ਦਿਂ ਤੈਨੂੰ ਓਕੇ ਨੇ ਸਾਡਾ ਕੰਮ ਆ ਤੈਨੂੰ ਫਿਟ ਕਰਨਾ ਤੇਰਾ ਕੰਮ ਆ ਸਾਨੂੰ ਕੁੱਟਣਾ ਵੀ ਐਕਸੈਪਟ ਇਟ ਤੂੰ ਕੁੱਟਲਾ ਪਰ ਤੈਨੂੰ ਖਾਣਾ ਅਸੀਂ ਖਿਲਾਵਾਂਗੇ ਕੈਨ ਵੀ ਡੂ ਥੈਟ অর ਨਾ ਹਾਂ ਇਹ ਅਸੀਂ ਕੀ ਸਿਦਸਾ ਤੂੰ ਅੰਡਰਸਟੈਂਡ ਸਿੱਖੀ ਇਟਸ ਵੈਰੀ ਡਿਫਿਕਲਕਸ ਬਿਕੋਜ਼ ਬਦਲੀ ਦੀ ਭਾਵਨਾ ਹੈ ਨਹੀਂ ਤੁਸੀਂ ਆਪਣਾ ਗੁਣ ਰੱਖਣਾ ਹੈ ਉਹਨਾਂ ਨੇ ਆਪਣਾ ਕੰਮ ਕਰਨਾ ਹੈ ਜੇ ਸਿੱਖ ਕਿਤੇ ਦੂਜਿਆਂ ਨੂੰ ਸਰਾਫ ਦੇ ਦੇ ਦਿੰਦੇ ਨਾ ਕੀ ਦਾ ਕੀ ਬਣਨਾ ਸੀ ਦੇਖੋ ਨਾ ਹੁਣ ਗਿਵ ਯੂ ਐਨ ਐਗਜ਼ਾਮਪਲ ਆ ਜ਼ਖਰੀਆ ਖਾਨ ਜਿਹੜਾ ਸੀਗਾ ਉਹਨੇ ਪਾਈ ਮਨੀ ਸਿੰਘ ਦਾ ਬੰਦ-ਬੰਦ ਕਟਵਾਇਆ ਉਹਨੇ ਕਿੰਨਿਆਂ ਨੂੰ ਮਰਵਾਇਆ ਉਹਨੇ ਬਹੁਤ ਭੜਾ ਸੀ ਉਹ ਬਹੁਤ ਮਾਰਿਆ ਕਿਸੇ ਵੀ ਸਿੱਖ ਨੇ ਉਹਨੂੰ ਕੁਝ ਨਹੀਂ ਕਿਹਾ ਅਖੀਰ ਤੇ ਜਦੋਂ ਪਾਈ ਤਾਰੂ ਸਿੰਘ ਨੇ ਉਹਨੂੰ ਕਿਹਾ ਨਾ ਪਾਈ ਤਾਰੂ ਸਿੰਘ ਨੂੰ ਲੈ ਕੇ ਆਇਆ ਨਾ ਪਾਈ ਤਾਰੂ ਸਿੰਘ ਨੂੰ ਕਹਿਣ ਲੱਗਿਆ ਤੇਰੇ ਕੇਸ ਕਟਣੇ ਆ ਨਾ ਉਹ ਕਹਿੰਦਾ ਮੇਰੀ ਖੋਪਰੀ ਲਾ ਦੋ ਚਲੋ ਉਹ ਵੀ ਉਹਨੇ ਕਰ ਦਿੱਤਾ ਪਰ ਉਹਨੇ ਗਲਤੀ ਇਹ ਕਰ ਲਈ ਸਖਰਿਆ ਖਾਣੇ ਕਹਿੰਦਾ ਮੈਂ ਦੇਖਦਾ ਤੇਰਾ ਗੁਰੂ ਗੋਬਿੰਦ ਸਿੰਘ ਕੀ ਕਰਦਾ ਉਹਨੇ ਨਾ ਗੁਰੂ ਨੂੰ ਗਾਲ ਕੱਢ ਦਿੱਤੀ ਉਹਨੇ ਉਹ ਗਲਤੀ ਕਰ ਲਈ ਪਾਈ ਤਾਰੂ ਸਿੰਘ ਪਤਾ ਕੀ ਕਹਿੰਦਾ ਉਹਨੂੰ ਕਹਿੰਦਾ ਤੈਨੂੰ ਮੂਰੇ ਲਾ ਕੇ ਮੈਂ ਲੈ ਕੇ ਜਾਉ ਤੂੰ ਮੇਰੇ ਮੂਰੇ ਹੋਗਾ ਤੂੰ ਪਹਿਲਾਂ ਮਰੇਗਾ ਮੈਂ ਬਾਅਦ ਚ ਮਰਾਂਗਾ ਤੈਨੂੰ ਪੂਰੇ ਮੂਰੇ ਲੈ ਕੇ ਜਾਉ ਫਿਰ ਉਹ ਕਹਿੰਦਾ ਮੇਰਾ ਰਸੂਲ ਹੈਗਾ ਮੈਨੂੰ ਬਚਾ ਲੇਗਾ ਪ੍ਰੋਫਿਟ ਮੈਨੂੰ ਬਚਾਏਗਾ ਇਹਨੂੰ ਪਾਈ ਤਾਰੂ ਸਿੰਘ ਕੀ ਕਹਿੰਦਾ ਜੇ ਤੇਰਾ ਪ੍ਰੋਫਿਟ ਵਿੱਚ ਗਲਦੇ ਆਇਆ ਨਾ ਤਾਂ ਕੁੱਟ ਕੇ ਮੈਂ ਉਹਨੂੰ ਵੀ ਨਾਲ ਲੈ ਕੇ ਜਾਉਂ ਨਰਕਾਂ ਨੂੰ ਉਹਨੂੰ ਲਈਂ ਤੂੰ ਕੋਈ ਗੱਲ ਨਹੀਂ ਉਹਨੂੰ ਵੀ ਮੈਂ ਨਾਲੇ ਲੈ ਕੇ ਜਾਉ ਤੇਰੇ ਨਾਲ ਉਹ ਵੀ ਜਾਉ ਫਿਰ ਦ திing ਇਸ ਯੂ ਨੋ ਉਹਨੇ ਉਹ ਗਲਤੀ ਕਰ ਲਈ ਗੁਰੂ ਦੀ ਨਿੰਦਿਆ ਨਹੀਂ ਕਿਤੇ ਵੀ ਕੋਈ ਸਿੱਖ ਕਰ ਸਕਦਾ ਭਾਵੇਂ ਉਹਦੇ ਉੱਤੇ ਤੁਸੀਂ ਜਿੰਨਾ ਮਰ ਬਟ ਪ੍ਰੋਵਾਈਡਰ ਗੁਰੂ ਦੀ ਨਿੰਦਿਆ ਨਾ ਕਰੋ ਹਾਂ that is one thing ਜਦੋਂ ਕੋਈ ਕਰ ਲੈਂਦਾ ਫੇ ਉਹ ਖਤਮ ਹੋ ਜਾਂਦਾ ਤਾਂ ਉਹ ਮਰ ਗਿਆ ਫਿਰ ਹਾਂਜੀ ਨਾ ਮਾਰਨਾ ਉਹ ਤਾਂ ਪਹਿਲਾਂ ਹੀ ਬਹੁਤ ਛਿੱਤੀ ਮਾਰਦੇ ਨਾ ਸੀ ਉਹਨੂੰ ਹਾਂਜੀ ਚਲੋ ਵੁੱਠੇ ਮਿਹ ਮਿਹ ਜਮਾਏ ਦੇ ਢਾਵ ਲੱਗਾ ਅੰਗੂਰ ਬਗਸੈ ਦੇਖੋ ਕਹਿੰਦੇ ਵੁੱਠੇ ਮਿਹੂ ਜਮਾਏਂ ਦੇ ਕਹਿੰਦੇ ਦੇਖੋ ਧਰਤੀ ਆਪਾਂ ਮਿਹ ਆਪਣੀ ਤੇ ਪੈਂਦਾ ਕਿੰਨਾ ਮਿਹ ਆਉਂਦਾ ਆਪਾਂ ਕੀ ਫਾਇਦਾ ਲੰਨੇ ਆ ਕੋਈ ਫਾਇਦਾ ਨਹੀਂ ਲੰਦੇ ਨਾ ਧਰਤੀ ਇੱਕ ਇੱਕ ਬੂੰਦ ਬਦਲੇ ਉਹ ਤੁਹਾਨੂੰ ਕੁਝ ਨਾ ਕੁਝ ਦਿੰਦੀ ਹੈ ਇੱਕ ਬੂੰਦੇ ਬਦਲੇ ਤੁਹਾਨੂੰ ਦਰਖਤ ਖੜੇ ਕਰਕੇ ਦੇ ਦਿੰਦੀ ਹੈ ਤੁਹਾਨੂੰ ਫਲ ਦਿੰਦੀ ਹੈ ਤੁਹਾਨੂੰ ਫੁੱਲ ਦਿੰਦੀ ਹੈ ਤੁਹਾਨੂੰ ਘਾਹ ਦਿੰਦੀ ਹੈ ਕਿੰਨਾ ਕੁਝ ਦਿੰਦੀ ਹੈ ਦੇਖੋ ਜੰਗਲ ਜਿਹੜੇ ਲੱਗੇ ਹੋਏ ਨੇ ਪੁਰਾਣੇ ਕਿੰਨੇ ਜੰਗਲ ਲੱਗੇ ਨੇ ਮਿਲੀਅਨਸ ਆਫ ਇਕਸ ਦੇ ਉਹ ਮਿਉ ਪਾਲਦਾ ਉਹਨਾਂ ਨੂੰ ਆਪਾਂ ਜਾ ਕੇ ਪਾਣੀ ਪਾਉਂਦੇ ਆ ਆਪਾਂ ਤਾਂ ਥੋੜੀ ਗਾਰਡਨ ਨਹੀਂ ਸੰਭਾਲੀ ਜਾਂਦੀ ਲੋਕਾਂ ਦੇ ਘਰਾਂ 'ਚ ਦੇਖਿਆ ਇੱਕ ਛੋਟੀ ਜੀ ਗਾਰਡਨ ਉਹ ਵੀ ਸੁੱਕੀ ਜੀ ਹੁੰਦੀ ਹੈ ਹਾਂਜੀ ਘਾਹ ਚੜਿਆ ਹੁੰਦਾ ਪਾਣੀ ਨਹੀਂ ਪਾਇਆ ਹੁੰਦਾ ਕੁਛ ਨਹੀਂ ਹਾਂਜੀ ਨਾ ਨਾ ਫੈਟਰ ਲਾਈਦਾ ਕਹਿੰਦੇ ਫੈਟਰ ਲਾਈਦਾ ਨਹੀਂ ਪਾਏ ਉਹ ਨਹੀਂ ਆਣੀ ਉਹ ਸਾਰਾ ਸੁੱਕਿਆ ਪਿਆ ਹੁੰਦਾ ਕੰਮ ਇੰਨਾ ਕਿ ਨਹੀਂ ਆਪਾਂ ਤੋਂ ਸੰਭਿਆ ਜਾਂਦਾ ਪਰਮੇਸ਼ਨ ਨੇ ਐਮਾਜ਼ਨ ਵਰਗੇ ਜੰਗਲ ਸੰਭੇ ਪਏ ਆ ਹਾਂਜੀ ਕਿੰਨੇ ਕੁ ਵੱਡੇ ਜੰਗਲ ਸੰਭੇ ਆ ਤੇ ਕਿ ਧਰਤੀ ਇਹ ਜੀ ਆ ਹਰ ਇੱਕ ਬੂੰਦ ਦੀ ਕਦਰ ਪਾਉਂਦੀ ਹੈ ਸੋ ਸਿੱਖ ਵਾਸਤੇ ਨਾ ਬਹੁਤਾ ਕੁਛ ਨਹੀਂ ਚਾਹੀਦਾ ਉਹਨੂੰ ਤੁਸੀਂ ਇੱਕ ਰੋਟੀ ਦੇ ਦੋ ਵਿਚਾਰਾ ਉਹ ਖਾ ਕੇ ਤੁਹਾਨੂੰ ਥੋੜਾ ਧੰਨਵਾਦ ਕਰੂਗਾ ਉਹ ਇੱਕ ਰੋਟੀ ਬਦਲੇ ਤੁਹਾਨੂੰ ਪੁੱਤਰ ਦੇ ਦੇਗਾ ਜਿਵੇਂ ਤੁਸੀਂ ਭਾਈ ਸਾਲੂ ਦੀ ਗੱਲ ਸੁਣੀ ਆ ਨਾ ਉਹ ਇੱਕ ਜਿਹੜਾ ਆਪਣਾ ਪਾਥੀ ਪਾਥੀ ਕੀ ਹੁੰਦਾ ਕਾਉਡੰਗ ਨਾ ਉਹ ਉਹ ਕਾਉਡੰਗ ਹੁੰਦੀ ਆ ਇੱਕ ਪਾਥੀ ਦੇ ਬਦਲੇ ਕਹਿੰਦੇ ਇੱਕ ਪੁੱਤਰ ਆ ਯੂ ਗਿਵ ਮੀ 1 ਆਲ ਗਿਵ ਯੂ 1 ਪੁੱਤਰ ਦੇਖੋ ਕਿੱਡੀ ਵੱਡੀ ਚੀਜ਼ ਆ ਸੋ ਇਹ ਆ ਸਿੱਖ ਸਿੱਖ ਵੱਡੀਆਂ ਚੀਜ਼ਾਂ ਤੇ ਨਹੀਂ ਖੁਸ਼ ਹੁੰਦਾ ਸਿੱਖ ਨੂੰ ਛੋਟੀ ਤੋਂ ਛੋਟੀ ਵੀ ਦੇ ਦੇ ਉਹ ਫਿਰ ਵੀ ਤੁਹਾਡੇ ਹੱਥੇ ਅਰਦਾਸ ਕਰ ਦੂਗਾ ਉਹ ਆ ਸਿੱਖ ਦੀ ਮਤ ਸਿੱਖ ਤੋਲਦਾ ਨਹੀਂ ਤੂੰ ਮੈਨੂੰ ਕੀ ਦਿੱਤਾ ਹੈ ਅੱਜ ਕੱਲ ਤਾਂ ਤੇ ਬੱਚੇ ਨੂੰ ਤੁਸੀਂ ਪ੍ਰੈਜ਼ੈਂਟ ਵੀ ਦੋ ਨਾ ਡਰੇ ਲੱਗਦਾ ਹੈ ਦੇਨ ਨੂੰ ਉਹ ਖੋਲ ਕੇ ਕਹਿੰਦਾ ਹੈ ਜੀ ਸੋ ਚੀਪ ਆਈ ਡੋਨਟ ਨੀਡ ਥਿਸ ਹਾਂ ਥਿਸ ਇਜ਼ ਨਾਨਸੈਂਸ ਆਈ ਕੈਂ ਦੇ ਆਜ ਕੱਲ ਜੈਨ ਨੂੰ ਕਿਸੇ ਨੂੰ ਜੀ ਨਹੀਂ ਕਰਦਾ ਭਾਈ ਹਾਂ ਨਾਲੇ ਦੋ ਲੜੇ ਗਾਲਾਂ ਖਾਓ ਹਾਂਜੀ ਸੋ ਕਿਦਾ ਹੈ ਹੁਣ ਉਹ ਵੀ ਦੇਖ ਕੇ ਦੇਣਾ ਪੈਂਦਾ ਹੈ ਨਾ ਉਹ ਵੀ ਕਿਹੜੀ ਬ੍ਰਾਂਡ ਦੀ ਆ ਬੱਚਿਆਂ ਨੂੰ ਸਾਰਾ ਪਤਾ ਹੁੰਦਾ ਵੀ ਕਿਹੜਾ ਬ੍ਰਾਂਡ ਤੁਸੀਂ ਪਰਫਿਊਮ ਲੱਕੀ ਦੇ ਦਿਓ ਆਪਾਂ ਨੂੰ ਤਾਂ ਅੱਗੇ ਪਾਸਾ ਮੰਨ ਲਮ ਤੋ ਕੋਈ ਅਡੇ ਕ ਬੋਤਲ ਜਿਲੀ ਆ ਕੇ ਦੇ ਦੇ ਆਪਾਂ ਉਹੀ ਚੱਕੀ ਫਿਰਦੇ ਸੀ ਮਨਵਾ ਦਿੱਤਾ ਮਨਵਾ ਸਕੂਲ ਚ ਦੇਖੋ ਗਿਵ ਮੀ ਦਿਸ਼ਨੋ ਮਾਈ ਪ੍ਰੈਜ਼ੈਂਟ ਮਾਈ ਪ੍ਰੈਜ਼ੈਂਟ ਅੱਜ ਕੱਲ ਕਹਿੰਦੇ ਸ਼ੈਨੈਲ ਲਿਆਓ ਆ ਲਿਆਓ ਬ੍ਰਾਂਡ ਲੋਰੈਲ ਦੇ ਬ੍ਰਾਂਡ ਲਿਆਓ ਆ ਲਿਆਓ ਉਹ ਲਿਆਓ ਤਰਾਂ ਤਰਾਂ ਦੇ ਤਾਂ ਉਹ ਬ੍ਰੈਂਡ ਹਾਂਜੀ ਸੋ देयर ਇਹ ਗੱਲ ਹੋ ਗਈ ਨਾ ਕਹਿੰਦੇ ਸਿੱਖ ਜਿਹੜਾ ਹੈ ਨਾ ਬੜੀ ਨਿਮਰਤਾ ਚ ਛੋਟੀ ਤੋਂ ਛੋਟੀ ਚੀਜ਼ ਵੀ ਉਸ ওকে ਹੀ ਹੈਪੀ ਵਿਦ ਇਟ ਫਿਰਮ ਦੁੱਖ ਨਾ ਰੋ ਵੈ ਸੁਖ ਨਾ ਹੱਸ ਦੇਖੋ ਸਿੱਖ ਕੀ ਆ ਦੁੱਖ ਵਿੱਚ ਰੋਂਦਾ ਨਹੀਂ ਸੁਖ ਵਿੱਚ ਬੇਫਾਇਦਾ ਹੱਸਦਾ ਨਹੀਂ ਹੈਗਾ ਨਾ ਉਹ ਖੁਸ਼ ਹੈ ਨਾ ਉਹ ਦੁਖ ਹੈ ਕਿਉਂਕਿ ਜਿਹੜਾ ਖੁਸ਼ ਹੈ ਉਹਨੂੰ ਦੁਖੀ ਹੋਣਾ ਹੀ ਹੈ ਜਿਹੜਾ ਦੁਖੀ ਹੈ ਉਹਨੇ ਖੁਸ਼ ਹੋਣਾ ਹੀ ਹੈ ਸੋ ਇਹਦੇ ਵਿੱਚ ਉਹ ਛੁਟਕਾਰਾ ਕਿਹੜੀ ਗੱਲ ਦਾ ਹੈ ਦੋਨਾਂ ਤੋਂ ਪਰੇ ਹੋ ਜੋ ਹਾਂਜੀ ਜੇ ਤੁਹਾਨੂੰ ਹੁਣ ਨਾਸੀ ਲੰਮਾ ਮਿਲ ਗਿਆ ਐਸਪੈਕਟ ਟੂ ਬੀ ਜਿਹੜਾ ਹੈ ਹੌਟ ਐਸਪੈਕਟ ਟੂ ਬੀ ਚਿਲੀ ਖਾ ਲੋ ਹਾਂ ਜੇ ਮੈਂ ਤੁਹਾਨੂੰ ਖੀਰ ਦਿੱਤੀ ਆ ਥੋੜੋ ਤੁਸੀਂ ਉਹਦੇ ਵਿੱਚ ਵਿੱਚਾਂ ਦੀ ਆਸਰ ਰੱਖੋਗੇ ਵਿੱਚ ਮਿਰਚ ਮਲਣੀ ਆ ਜੇ ਉਹ ਖੀਰ ਆ ਗਈ ਤਾਂ ਖੀਰ ਖਾ ਲੋ ਪਰ ਖੀਰ ਦੇ ਵਿੱਚ ਵੀ ਉਹ ਲੋਕ ਦੇਖਦੇ ਆ ਵੀ ਕਿੰਨਾ ਕੁ ਮਿੱਠਾ ਪਾਇਆ ਕੋਰੇਗਾ ਹਰ ਕੋਈ ਪੁੱਛਦਾ ਇਹ ਹਮਾ ਸ਼ੂਗਰ ਉਹ ਲੋੜ ਸ਼ੂਗਰ ਨਾ ਸ਼ੂਗਰ ਨਾ ਜੇ ਨੀ ਸੁਗਰ ਨਹੀਂ ਖਾਣੇ ਫੇ ਮਿੱਟੀ ਖਾ ਲਾ ਟੇਸਲੈਸ ਆ ਮੀਨ ਜਿਹੜੀ ਚੀਜ਼ ਮਿੱਠੀ ਆ ਮਿੱਠੀ ਹੋ ਬਣੂਗੀ ਇਹ ਇਹ ਹਾਲ ਨਾ ਬੜਾ ਬੁਰਾ ਕਰਤਾ ਜੀ ਉਹਨਾਂ ਨੇ ਅੱਜ ਕੱਲ ਹੈ ਮਿੱਠੀ ਚੀਜ਼ ਵੀ ਮਿੱਠਾ ਨਹੀਂ ਹੁੰਦਾ ਫੇ ਮਿੱਠੀ ਕੰਨੂ ਬਣਾਉਂਦੇ ਆ ਨਾ ਬਣਾਓ ਨੂਨ ਪਾ ਦੋ ਵਿੱਚ ਖਿਚੜੀ ਬਣਾ ਦੋ ਯੂ نو ਸੋ ਤੀ ਲਾਈਫ ਆਪਾਂ ਅਨਰੀਅਲਿਸਟਿਕ ਬੰਦੇ ਬਣ ਗਏ ਆ ਹਰ ਇੱਕ ਚੀਜ਼ ਤੋਂ ਡਰੀ ਜਾਂਦੇ ਆ ਵੱਢੀ ਜਾਣਾ ਇਹ ਤੋਂ ਡਰਨਾ ਉਤੋਂ ਡਰਨਾ ਇਹ ਤੋਂ ਡਰਨਾ ਉਤੋਂ ਡਰਨਾ ਇਹ ਵੀ ਕੋਈ ਲਾਈਫ ਆ ਕਰੇ ਹਣਾ ਉਹ ਤੁਸੀਂ ਅੱਜ ਦਾ ਖਾਣਾ ਕਿਤੇ ਮੋਰੇ ਰੱਖੋ ਨਾ ਉਹ ਆਂ ਦੇਖਦੇ ਆ ਵਿੱਚ ਮੈਂ ਜੀ ਨਿਊਟ੍ਰੀਸ਼ਨਲ ਲਿਸਟ ਆ ਸੀ ਉਹ ਜਦ ਸਕੈਨ ਕਰਕੇ ਪੜ ਲੀਏ ਹੁਣ ਇਹਦੇ ਵਿੱਚ ਕੀ ਪਾਇਆ ਵੀ ਅਰਦਾਸ ਕਰੋ ਮਹਾਰਾਜ ਜੀ ਅੱਗੇ ਵੀ ਮਾਰਾ ਤੁਹ ਭੋਜਨ ਦਤਾ ਹੈ ਤੇਰਾ ਸ਼ੁਕਰ ਹੈ ਮਹਾਰਾਜ ਸਕੰਦੀ ਆਗਿਆ ਬਖਸ਼ੋ ਖਾ ਲੋ ਸਭ ਕੁਝ ਦੇਖੀ ਜਾਨ ਸਭ ਕੁ ਡਰੀ ਜਾਣਾ ਡਰੀ ਜਾਣਾ ਡਰੀ ਜਾਣਾ ਮਰਨ ਤੋਂ ਪਹਿਲਾਂ ਹੀ ਮਰ ਗਏ ਅਜੇ ਮਰੀ ਬਣੀ ਨਾ ਜਦ ਦੂਤ ਵੀ ਵਿਚਾਰੇ ਉਥੇ ਕਨਫਿਊਜ਼ ਹੋ ਗਏ ਹੋਣੇ ਆ ਵੀ ਇਹ ਮੇਰੀ ਡਿਊਟੀ ਆ ਉਹ ਵਿਚਾਰੇ ਆ ਕੇ ਮੁੜਦੇ ਹੋਣੇ ਆ ਆ ਗਿਆ ਨਹੀਂ 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 ਹੈਗਾ ਅਜੇ ਦਾ ਭਾਈ ਅਧਰਵਾ ਜੋ ਉਹਨਾਂ ਨੂੰ ਪੜਕਾਇਆ ਪਿਆ ਵਿਚਾਰਿਆਂ ਨੂੰ ਓਕੇ ਚਲੋ ਉੱਠੇ ਮੀ ਜਮਾਇਦੇ ਢਾਵ ਲੱਗੇ ਅੰਗੂਰ ਵਗਸਾ ਦੁੱਖ ਨਾ ਰੋਵੇ ਸੁਖ ਨਾ ਹਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ